ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਾਏਪੁਰ ਦੀ ਇੱਕ ਬੇਹੱਦ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਲੜਕੀ ਨੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਜੀਆ ਖਡਾਰਨ ਰਾਜਪ੍ਰੀਤ ਕੌਰ ਦੇ ਵੱਲੋਂ ਜੂਡੋ ਕਰਾਟਿਆਂ ਦੇ ਵਿੱਚ ਨੈਸ਼ਨਲ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਹੈ ਅਤੇ ਪੂਰੇ ਪਿੰਡ ਦਾ ਨਾਮ ਰੋਸ਼ਨ ਕਰ ਦਿੱਤਾ ਗਿਆ ਹੈ। ਖਡਾਰਨ ਆਪਣੇ ਜੱਦੀ ਪਿੰਡ ਹਰਾਏਪੁਰ ਵਿਖੇ ਬੱਸ ਰਾਹੀਂ ਪੁੱਜੀ ਅਤੇ ਪਿੰਡ ਵਾਸੀਆਂ ਦੇ ਵੱਲੋਂ ਉਸਦਾ ਭਰਵਾਂ ਸਵਾਗਤ ਕੀਤਾ ਗਿਆ। ਖੁੱਲ੍ਹੀ ਗੱਡੀ 'ਤੇ ਚੜ੍ਹਾ ਕੇ ਉਸ ਨੂੰ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ ਅਤੇ ਰਾਜਪ੍ਰੀਤ ਕੌਰ ਅਤੇ ਕੋਚ ਸਾਹਿਬਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ। ਜ਼ਿਕਰੇ ਖਾਸ ਹੈ ਕਿ ਅਰਦਾਸ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸਰੋਪਾਏ ਪਾ ਕੇ ਰਾਜਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ। ਨਕਦ ਰਾਸ਼ੀ ਵੀ ਇਸ ਮੌਕੇ 'ਤੇ ਉਸ ਨੂੰ ਦਿੱਤੀ ਗਈ। ਹਾਂਜੀ, ਮੇਰਾ ਨਾਮ ਰਾਜਪ੍ਰੀਤ ਕੌਰ ਹੈ ਜੀ। ਮੈਂ ਹਰਿਆਪੁਰ ਪਿੰਡ ਤੋਂ ਰਹਿਣ ਵਾਲੀ ਹਾਂ ਜੀ, ਜ਼ਿਲ੍ਹਾ ਬਠਿੰਡੇ ਦੀ। ਹਾਂਜੀ, ਮੈਂ ਸਕੇਟਿੰਗ ਅਤੇ ਟਾਈਕਮਾਂਡੋ ਵਿੱਚ ਫਸਟ ਆਈ ਹਾਂ, ਜਿਸ ਵਿੱਚ ਮੇਰਾ ਕਰਨਾਟਕਾ ਦੇ ਬੱਚਿਆਂ ਨਾਲ ਮੈਚ ਹੋਇਆ ਸੀ। ਮੇਰੇ ਵੇਟ 'ਚ 4 ਕੁੜੀਆਂ ਸੀ ਜੀ, ਜਿਨ੍ਹਾਂ ਨਾਲ ਮੇਰੀ 3 ਜਣਿਆਂ ਨਾਲ ਫਾਈਟ ਹੋਈ ਜੀ, ਅਤੇ ਉਹਨਾਂ ਤੋਂ ਮੈਂ ਫਸਟ ਪੁਜੀਸ਼ਨ ਹਾਸਿਲ ਕੀਤੀ ਹੈ ਜੀ। ਮੈਂ ਪਹਿਲੀ ਵਾਰੀ ਨਹੀਂ, ਕਾਫੀ ਵਾਰੀ ਵੀ ਹਰਿਦੁਆਰ ਗਈ ਸੀ ਮੈਂ ਪਿਛਲੀ ਵਾਰ, ਉੱਥੇ ਵੀ ਮੈਂ ਫਸਟ ਪੁਜੀਸ਼ਨ ਹਾਸਿਲ ਕੀਤੀ ਸੀ ਜੀ। ਇਸ ਵਾਰ ਵੀ ਮੈਂ ਜਲੰਧਰ ਲਵਲੀ ਯੂਨੀਵਰਸਿਟੀ 'ਚੋਂ ਫਸਟ ਪੁਜੀਸ਼ਨ ਹਾਸਿਲ ਕੀਤੀ ਹੈ ਜੀ। ਅਤੇ ਇਹਦੇ ਵਿੱਚ ਮੇਨ ਹੱਥਾਂ ਮੇਰੇ ਕੋਚ ਸਾਹਿਬਾਨ ਦਾ ਜੀ, ਜਿਨ੍ਹਾਂ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਗੇਮਾਂ ਵੱਲ, ਅਤੇ ਬਾਕੀ ਬਹੁਤ ਵਧੀਆ ਮੈਨੂੰ, ਮੈਂ ਆਰਮੀ 'ਚ ਜਾਣਾ ਚਾਹੁੰਦੀ ਹਾਂ ਜੀ, ਮੈਨੂੰ ਆਰਮੀ ਲਈ ਬਹੁਤ ਵਧੀਆ ਪ੍ਰੈਕਟਿਸ ਕਰਵਾ ਰਹੇ ਆ ਜੀ। ਬਾਕੀ ਮੈਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹਾਂ, ਹੋਰ ਅੱਗੇ ਵੱਧ ਕੇ, ਅਤੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹਾਂ ਜੀ। ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਅਤੇ ਮੇਰੇ ਸਮੁੱਚੇ ਪੱਤਰਕਾਰ ਵੀਰ ਦਾ ਅੱਜ ਪਿੰਡ ਹਰਰਾਏਪੁਰ ਜ਼ਿਲ੍ਹਾ ਬਠਿੰਡਾ ਵਿਖੇ ਪਹੁੰਚਣ 'ਤੇ ਕੋਟੀ ਕੋਟੀ ਧੰਨਵਾਦ ਕਰਦਾ। ਅਤੇ ਮੈਂ ਅੱਜ ਬੜਾ ਮਾਣ ਮਹਿਸੂਸ ਕਰਦਾ ਸਾਡੇ ਜ਼ਿਲ੍ਹੇ ਦੇ ਪਿੰਡ ਹਰਰਾਏਪੁਰ ਦੀ ਕੁੜੀ ਰਾਜਪ੍ਰੀਤ ਕੌਰ, ਡਾਟਰ ਆਫ ਸਰਦਾਰ ਨਛੱਤਰ ਸਿੰਘ, ਪਿੰਡ ਹਰਰਾਏਪੁਰਾ, ਜ਼ਿਲ੍ਹਾ ਬਠਿੰਡਾ, ਪੰਜਾਬ ਨੇ LPGU ਜਲੰਧਰ ਦੇ ਵਿੱਚ ਹੋਈਆਂ ਨੈਸ਼ਨਲ ਗੇਮਾਂ ਦੇ ਵਿੱਚੋਂ 2 ਗੋਲਡ ਮੈਡਲਿਸਟ ਪ੍ਰਾਪਤ ਕੀਤੇ ਨੇਗੇ, ਫਸਟਲੀ ਸਕੇਟਿੰਗ ਦੇ ਵਿੱਚ, ਸੈਕਿੰਡਲੀ ਤਾਈਕਮਾਂਡੋ ਦੇ ਵਿੱਚ। ਰਾਜਪ੍ਰੀਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਰਰਾਏਪੁਰ ਦਾ ਨਹੀਂ, ਜ਼ਿਲ੍ਹੇ ਬਠਿੰਡੇ ਦਾ ਨਹੀਂ, ਪੰਜਾਬ ਦਾ ਨਾਂ ਨੈਸ਼ਨਲ ਲੈਵਲ 'ਤੇ ਰੋਸ਼ਨ ਕਰਿਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਰਾਏ ਸਾਹਿਬ ਪਾਤਸ਼ਾਹ ਜੀ ਦੀ 400 ਧਰਤੀ ਪ੍ਰਾਪਤ ਨਗਰ ਪਿੰਡ ਹਰਰਾਏਪੁਰ ਵਿਖੇ ਜੰਪਲ ਬੱਚੀ ਰਾਜਪ੍ਰੀਤ ਕੌਰ, ਡਾਕਟਰ ਆਫ ਨਛੱਤਰ ਸਿੰਘ, ਇਹਨਾਂ ਨੇ ਜੋ ਪੰਜਾਬ ਦੇ ਵਿੱਚ ਫਸਟ ਪੁਜੀਸ਼ਨ ਪ੍ਰਾਪਤ ਕੀਤੀ ਹੈ ਟਾਈ ਕਮਾਂਡੋ ਅਤੇ ਸਕੈਟਿੰਗ ਦੇ ਵਿੱਚ। ਸੋ ਇਹਨਾਂ ਦੇ ਕੋਚ ਸਾਹਿਬਾਨਾਂ ਨੂੰ ਜਿਵੇਂ ਰਕੇਸ਼ ਸਰ ਅਤੇ ਸੰਜੀਵ ਸਰ, ਉਹਨਾਂ ਨੂੰ ਵੀ ਅਸੀਂ ਵਧਾਈ ਦਿੰਦੇ ਹਾਂ। ਅਤੇ ਸੋ ਉਸ ਤੋਂ ਬਾਅਦ ਇਹ ਆਰਮੀ ਦੀ, ਪੰਜਾਬ ਪੁਲਿਸ, ਅਰਧ ਸੈਨਿਕ ਬਲ, BSF, ITBP, ਪੰਜਾਬ ਪੁਲਿਸ ਵਗੈਰਾ ਦੀ ਇਹ ਟ੍ਰੇਨਿੰਗ ਲੈ ਰਹੇ ਆ। ਪਹਿਲਾਂ ਬਠਿੰਡੇ ਸੁਖਵਿੰਦਰ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਸਿੱਧੂ ਜੀ ਕੋਲੋਂ ਲੈ ਰਹੇ ਸੀ, ਅਤੇ ਹੁਣ ਪਿੰਡ ਗੋਨਿਆਣਾ ਕਲਾਂ ਵਿਖੇ 2 ਸਾਲਾਂ ਤੋਂ ਇਹ ਦਾਸ ਕੋਲ, ਪਿੰਡ ਗੋਨਿਆਣਾ ਕਲਾਂ ਸੁਖਪਾਲ ਸਿੰਘ ਗੋਨਿਆਣਾ ਕਲਾਂ ਕੋਲ ਇਹ ਟ੍ਰੇਨਿੰਗ ਲੈ ਰਹੇ ਆ। ਸੋ ਇਹ ਇੱਕ, ਇਹ ਨਹੀਂ ਹੈ ਕਿ ਬੱਚਿਆਂ ਨੂੰ ਬਸ, ਇੱਕ ਕਈ ਵਾਰੀ ਅਸੀਂ ਬਿਜ਼ਨਸ ਖੋਲ੍ਹ ਲੈਂਦੇ ਹਾਂ ਵੀ ਬੱਚਿਆਂ ਨੂੰ ਵੀ ਪੈਸੇ ਫੀਸ ਲੈ ਲਓ ਅਤੇ ਬੱਚੇ ਭਰਤੀ ਹੋ ਗਏ ਜਾਂ ਨਾ ਹੋ ਗਏ। ਅਸੀਂ ਇਹ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਆਪ ਨਾਲ ਪ੍ਰੈਕਟਿਸ ਕਰਾ ਕੇ ਕੰਮ ਬੋਲੇ, ਪ੍ਰੈਕਟਿਸ ਬੋਲੇ। ਸੋ ਅਸੀਂ ਇਹਨਾਂ ਬੱਚਿਆਂ ਨੂੰ ਅਤੇ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦੇ ਵਿੱਚ ਆਪ ਨਾਲ ਦੌੜਦੇ ਹਾਂ, ਬੱਚਿਆਂ ਨੂੰ ਇੱਕ ਮੈਸੇਜ ਮਿਲੇ ਕਿ ਅਸੀਂ 45-47 ਸਾਲ ਦੇ ਆਪ 15 ਕਿਲੋ 20 ਮਿੰਟ ਕੰਪਿਊਟਰ ਦੌੜ ਸਕਦੇ ਹਾਂ, ਅਤੇ ਅੱਜ ਸਾਡੀ ਜਵਾਨੀ ਚਿੱਟੇ ਦੇ ਦਰਿਆ ਦੇ ਵਿੱਚ ਡੁੱਬਦੀ ਜਾ ਰਹੀ ਹੈ। ਅੱਜ ਬੱਚਿਆਂ ਨੂੰ ਖੇਤ ਤੱਕ ਪੈਦਲ ਜਾਣਾ ਮੁਸ਼ਕਲ ਹੋਇਆ ਪਿਆ, ਨਸ਼ੇੜੀਆਂ ਨੂੰ, ਉਹਨਾਂ ਨੂੰ ਚੱਕਰ ਆਉਂਦੇ ਹੈ, ਅਤੇ ਮੈਂ ਚੈਲੰਜ ਕਰਦਾ ਕਿ ਆਓ ਦਾਸ ਦੇ ਨਾਲ ਭੱਜੋ, ਦਾਸ ਵੀ ਭੱਜਦਾ, ਅਸੀਂ ਟ੍ਰੇਨਿੰਗ ਦੇਵਾਂਗੇ, ਫ੍ਰੀ ਟ੍ਰੇਨਿੰਗ ਦੇਵਾਂਗੇ ਬੱਚਿਆਂ ਨੂੰ, ਅਤੇ ਨਸ਼ਿਆਂ ਤੋਂ ਅਸੀਂ ਵੱਖ ਇੱਕ ਖੇਡਾਂ ਦਾ ਹੌਸਲਾ ਹੀ ਵੱਖ ਕਰ ਸਕਦਾ ਹੈ ਜੋ ਅਸੀਂ ਟ੍ਰੇਨਿੰਗ ਦੇ ਰਹੇ ਹਾਂ। ਜਿੱਥੇ ਵੀ ਕਿਸੇ ਬੱਚੇ ਨੇ ਟ੍ਰੇਨਿੰਗ ਕਰਨੀ ਹੈ, ਨੰਬਰ ਹੈ 94-638-22-796, ਬਿਲਕੁਲ ਫ੍ਰੀ ਟ੍ਰੇਨਿੰਗ ਹੈ, ਡੈਟ ਵੀ ਕੋਲੋਂ ਦੇਵਾਂਗੇ। ਉਸ ਬੱਚੇ ਨੂੰ ਟਰੈਕ ਸ਼ੂਟ ਵਗੈਰਾ ਜਾਂ ਬੂਟ ਵਗੈਰਾ ਚਾਹੀਦੇ, ਉਹ ਵੀ ਫ੍ਰੀ ਦੇਵਾਂਗੇ ਅਸੀਂ ਸੰਸਥਾਵਾਂ ਕੋਲੋਂ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਜੀ, ਏਕ ਨੂਰ ਖਾਲਸਾ ਫੌਜ, ਜ਼ਿਲ੍ਹਾ ਬਠਿੰਡਾ ਅਤੇ ਭਾਈ ਵਹਿਲੋ ਸੇਵਾ ਸੁਸਾਇਟੀ ਵੱਲੋਂ ਇਹ ਟ੍ਰੇਨਿੰਗ ਚੱਲ ਰਹੀ ਹੈ। ਸਿੰਘ ਸਾਹਿਬ, ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਜੀ ਦੀ ਸਰਪ੍ਰਸਤੀ ਹੇਠ ਅਸੀਂ ਇਹ ਟ੍ਰੇਨਿੰਗ ਦੇ ਰਹੇ ਹਾਂ। ਜ਼ਿਕਰੇ ਖਾਸ ਹੈ ਕਿ ਪੰਜਾਬ ਦੇ ਖਿਡਾਰੀ ਹਰ ਖੇਡ ਦੇ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਕਰ ਰਹੇ ਨੇ ਅਤੇ ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ। ਬਠਿੰਡਾ ਤੋਂ ਅਵਤਾਰ ਕੈਂਥ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV NRI।